ਸਤਿ ਸ਼੍ਰੀ ਅਕਾਲ ਜੀ, ਮੈਂ ਡਾਕਟਰ ਗਗਨਦੀਪ ਸਿੰਘ ਗਰੋਵਰ ਸਿਹਤ ਵਿਭਾਗ ਪੰਜਾਬ ਤੋਂ ਸਾਰੇ ਪੰਜਾਬ ਵਾਸੀਆਂ ਨੂੰ ਦੱਸਣਾ ਚਾਹਾਂਗਾ ਕਿ ਫਿਲਹਾਲ ਪੰਜਾਬ ਦੇ ਵਿੱਚ ਇਸ ਵੇਲੇ ਸਾਡੇ ਕੋਲ ਕੋਰੋਨਾ ਦੇ 21 ਪੁਸ਼ਟੀ ਵਾਲੇ ਮਾਮਲੇ ਨੇ। ਕੱਲ੍ਹ 22 ਨਮੂਨੇ ਸਾਡੇ ਵੱਲੋਂ ਭੇਜੇ ਗਏ ਸੀ ਚੈਕਿੰਗ ਵਾਸਤੇ, ਜਿਨ੍ਹਾਂ ਦੇ ਵਿੱਚੋਂ 8 ਨਮੂਨੇ ਪੋਜ਼ਿਟਿਵ ਆਏ ਨੇ ਕੱਲ੍ਹ ਰਾਤ ਤੱਕ, ਅਤੇ 14 ਉਹਦੇ ਵਿੱਚੋਂ ਨੈਗੇਟਿਵ ਸੀ। ਹੁਣ ਤੱਕ ਤਿੰਨੋਂ ਮੈਡੀਕਲ ਕਾਲਜ ਦੀਆਂ ਲੈਬੋਰਟਰੀਆਂ ਦੇ ਵਿੱਚ ਅਸੀਂ 203 ਨਮੂਨੇ ਟੈਸਟ ਕਰ ਚੁੱਕੇ ਹਾਂ, ਜਿਨ੍ਹਾਂ ਦੇ ਵਿੱਚੋਂ 21 ਪੋਜ਼ਿਟਿਵ ਨੇ, 160 ਸਾਡੇ ਕੋਲ ਸੈਂਪਲ ਨੈਗੇਟਿਵ ਨੇ, ਅਤੇ 22 ਦੇ ਰਿਜ਼ਲਟਾਂ ਨੇ ਬਾਕੀ ਨੇ। ਅਤੇ ਜਿਹੜੇ ਵੀ ਮਰੀਜ਼ ਸਾਡੇ ਕੋਲ ਦਾਖਲ ਨੇ ਸਰਕਾਰੀ ਹੋਸਪਿਟਲ ਦੇ ਵਿੱਚ, ਬਿਲਕੁਲ ਸਟੇਬਲ ਨੇ, ਠੀਕ ਹੈ, ਅਤੇ ਉਹਨਾਂ ਦੀ ਪੂਰਾ ਇਲਾਜ ਕੀਤਾ ਜਾ ਰਿਹਾ। ਇਸ ਲਈ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਕਰਨਾ ਚਾਹਾਂਗਾ ਕਿ ਜੋ ਪੰਜਾਬ ਸਰਕਾਰ ਨੇ ਲੋਕਡਾਊਨ ਦੇ ਆਦੇਸ਼ ਦਿੱਤੇ ਨੇ, ਇਹ ਸਾਰੇ ਪੰਜਾਬ ਵਾਸੀਆਂ ਦੇ ਹਿੱਤ ਵਾਸਤੇ ਹੈ, ਸਾਰਿਆਂ ਦੀ ਸਿਹਤ ਵਾਸਤੇ ਹੈ, ਅਤੇ ਸਾਰੇ ਲੋਕਾਂ ਨੂੰ ਚਾਹੀਦਾ ਕਿ ਇਹਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇ, ਘਰੋਂ ਬਾਹਰ ਨਾ ਨਿਕਲਿਆ ਜਾਵੇ, ਕਿਉਂਕਿ ਸੋਸ਼ਲ ਡਿਸਟੈਂਸਿੰਗ ਦੇ ਰਾਹੀਂ ਅਸੀਂ ਇੱਕ ਦੂਜੇ ਤੋਂ ਦੂਰ ਰਹਿ ਕੇ, ਕਰਾਊਡ ਤੋਂ ਦੂਰ ਰਹਿ ਕੇ, ਭੀੜ ਭੜੱਕੇ ਤੋਂ ਦੂਰ ਰਹਿ ਕੇ ਇਸ ਵਾਇਰਸ ਨੂੰ ਫੈਲਣ ਤੋਂ ਰੋਕ ਸਕਦੇ ਹਾਂ। ਲੋਕ ਹਿੱਤ ਦੇ ਵਿੱਚ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਇਹ ਸਾਰੇ ਆਦੇਸ਼ਾਂ ਦੀ ਪਾਲਣਾ ਕਰੀਏ। ਲੇਕਿਨ ਇਹਦੇ ਵਿੱਚ ਕਿਸੇ ਮਰੀਜ਼ ਨੂੰ ਘਰ ਰਹਿੰਦੇ ਹੋ ਕੋਈ ਸਿਮਟਮਸ ਆਉਂਦੇ ਨੇ, ਜਿਹੜੇ ਪਿਛਲੇ 14 ਦਿਨਾਂ 'ਚੋਂ ਬਾਹਰਲੇ ਮੁਲਕਾਂ ਤੋਂ ਆਏ ਨੇ ਜਾਂ ਕਿਸੇ ਸ਼ੱਕੀ ਮਰੀਜ਼ ਦੇ ਸੰਬੰਧ ਵਿੱਚ ਆਏ ਨੇ, ਉਹਨਾਂ ਨੂੰ ਬੁਖਾਰ, ਖਾਂਸੀ ਕੁਛ ਹੁੰਦਾ, ਉਹ 104 ਨੰਬਰ ਹੈਲਪਲਾਈਨ 'ਤੇ ਇਮੀਡੀਏਟਲੀ ਕਾਲ ਕਰਨ, ਜਾਂ ਐਂਬੂਲੈਂਸ 108 112 ਹੈਲਪਲਾਈਨ ਕਿਸੇ 'ਤੇ ਵੀ ਕਾਲ ਕਰਕੇ ਵਿਭਾਗ ਨੂੰ, ਸਰਕਾਰ ਨੂੰ ਸੂਚਿਤ ਕਰੋ, ਤਾਂ ਕਿ ਅਸੀਂ ਤੁਹਾਡੇ ਇਲਾਜ ਵਾਸਤੇ ਪੁਰਜ਼ੋਰ ਕੋਸ਼ਿਸ਼ ਕਰਕੇ ਰੋਕ ਸਕੀਏ।